ਸਤਿ ਸ਼੍ਰੀ ਅਕਾਲ ਜੀ, ਮੈਂ ਮਾਨ ਢਿੱਲੋਂ ਅੱਜ ਤੁਹਾਡਾ ਫੇਰ ਸਵਾਗਤ ਕਰਦਾ ਹਾਂ ਨਵੀਂ ਵੀਡੀਓ ਦੇ ਵਿੱਚ। ਅਤੇ ਅੱਜ ਅਸੀਂ ਪਹੁੰਚੇ ਹਾਂ ਜੀ ਮੋਗਾ ਏਰੀਆ ਦੇ ਵਿੱਚ, ਬਾਘਾ ਪੁਰਾਣਾ ਹਲਕਾ ਦੇ ਪਿੰਡ ਰੋਡੇ। ਪਿੰਡ ਰੋਡੇ ਦਾ ਨਾਂ ਲੈ ਤੇ ਤਾਂ ਆਪ ਸਾਰਿਆਂ ਨੂੰ ਪਤਾ ਲੱਗ ਹੀ ਗਿਆ ਹੋਣਾ ਕਿ ਮੈਂ ਅੱਜ ਖੜ੍ਹਾ ਜੀ ਸੰਤ ਜਰਨੈਲ ਸਿੰਘ ਖਾਲਸਾ ਜੀ ਭਿੰਡਰਾਂ ਵਾਲਿਆਂ ਦੇ ਜੱਦੀ ਪਿੰਡ ਦੇ ਵਿੱਚ ਰੋਡੇ। ਬੜੇ ਚਿਰ ਦੀ ਇੱਕ ਰੀਤ ਸੀ ਕਿ ਉਹਨਾਂ ਦੇ ਜਨਮ ਸਥਾਨ ਅਤੇ ਉਹਨਾਂ ਦੇ ਜੱਦੀ ਘਰ ਦੇ ਦਰਸ਼ਨ ਕੀਤੇ ਜਾਣ। ਅਤੇ ਅੱਜ ਅਸੀਂ ਖੜ੍ਹੇ ਹਾਂ ਜੀ ਪਿੰਡ ਦੀ ਹੱਦ ਦੇ ਉੱਪਰ, ਅਤੇ ਪਿੰਡ ਦੀ ਹੱਦ ਦੇ ਉੱਪਰ ਪਹਿਲਾ ਬੋਰਡ ਇੱਥੇ ਲੱਗਾ ਹੋਇਆ, ਮੈਂ ਦਿਖਾ ਦੇਵਾਂ। ਇੱਥੇ ਲਿਖਿਆ ਹੋਇਆ 1984 ਦੇ ਸ਼ਹੀਦਾਂ ਸਿੰਘਾਂ ਨੂੰ ਪ੍ਰਣਾਮ ਜੀ ਆਇਆਂ ਨੂੰ, ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲਿਆਂ ਜੀ ਦਾ ਜੱਦੀ ਪਿੰਡ, ਹਾਲਾਂਕਿ ਉਹ ਥੋੜ੍ਹਾ ਰੰਗ ਫੇਡ ਹੋ ਗਿਆ ਆ। ਅਤੇ TSB ਯੂਥ ਸਪੋਰਟਸ ਐਂਡ ਵੈਲਫੇਅਰ ਕਲੱਬ ਰਜਿਸਟਰ ਰੋਡੇ ਸਰਜਾ ਮੋਗਾ। ਅਤੇ ਆਓ ਤੁਹਾਨੂੰ ਜ਼ਿਆਦਾ ਟਾਈਮ ਨਹੀਂ ਖਰਾਬ ਕਰਦੇ, ਤੁਹਾਨੂੰ ਪਿੰਡ ਦੇ ਵਿੱਚ ਕੀ ਕੀ ਮੇਨ ਥਾਵਾਂ ਆ, ਕੀ ਪਿੰਡ ਦੇ ਵਿੱਚ ਖਾਸ ਆ, ਉਹ ਤੁਹਾਨੂੰ ਸਾਰਾ ਕੁਛ ਦਿਖਾਉਂਦੇ ਆ। ਅਤੇ ਆਓ ਚੱਲਦੇ ਹਾਂ ਅੱਗੇ। ਸਾਰਿਆਂ ਨੂੰ ਬੇਨਤੀ ਆ ਕਿ ਜਿਨ੍ਹਾਂ ਨੇ ਵੀਡੀਓ ਦੇਖਣੀ ਸਟਾਰਟ ਕਰਤੀ ਆ, ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਓ ਅਤੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ, ਤਾਂ ਕਿ ਅਸੀਂ ਤੁਹਾਡੇ ਲਈ ਹੋਰ ਵੀ ਸ਼ਹੀਦ ਸਿੰਘਾਂ ਦੇ ਘਰ ਅਤੇ ਉਹਨਾਂ ਦੇ ਪਿੰਡ ਦੀਆਂ ਵੀਡੀਓ ਲੈ ਕੇ ਆਉਂਦੇ ਰਹੀਏ। ਤੁਹਾਡਾ ਕੀਤਾ ਸ਼ੇਅਰ ਜਾਂ ਕਮੈਂਟਾਂ ਵਿੱਚ ਦਿੱਤਾ ਤੁਹਾਡਾ ਪਿਆਰ ਹੀ ਸਾਡੇ ਲਈ ਹੌਸਲਾ ਅਫਜਾਈ ਦਾ ਕੰਮ ਕਰੂਗਾ। ਅਤੇ ਇਹ ਸੀਗਾ ਜੀ ਪਿੰਡ ਦਾ ਪ੍ਰਾਇਮਰੀ ਸਕੂਲ। ਅਤੇ ਇੱਕ ਗੱਲ ਹੋਰ, ਜੇ ਮੈਂ ਪਹਿਲਾਂ ਵੀ ਕਹਿੰਦਾ ਹੁੰਦਾ, ਭਾਈ ਜਗਤਾਰ ਸਿੰਘ ਹਵਾਰਾ ਜੀ ਦੇ ਪਿੰਡ ਵੀ ਗਿਆ ਸੀ, ਭਾਈ ਗੁਰਜੰਟ ਸਿੰਘ ਜੀ ਦੇ ਪਿੰਡ ਵੀ ਗਿਆ ਸੀ। ਇਹਨਾਂ ਪਿੰਡਾਂ ਦੇ ਵਿੱਚ ਨਾ ਸਾਡੇ ਦੁਆਬੇ ਨਾਲੋਂ ਸੜਕਾਂ ਬਹੁਤ ਖੁੱਲੀਆਂ ਡੁੱਲੀਆਂ ਆ। ਜਦੋਂ ਆਹ ਤੁਸੀਂ ਆਹੀ ਸੜਕ ਦੇਖ ਲਓ, ਆਹ ਪੂਰੇ ਚਾਰ ਕਰਮਾਂ ਦੀ ਸੜਕ ਲੱਗਦੀ ਹੈ, ਚੰਗਾ 20 ਫੁੱਟ ਚੌੜਾ ਰੋਡ ਆ, ਹੈ ਨਾ। ਅਤੇ ਸੜਕਾਂ ਬਹੁਤ ਖੁੱਲੀਆਂ ਡੁੱਲੀਆਂ। ਇਹਨਾਂ ਬੀਬੀਆਂ ਨੂੰ ਪੁੱਛਦੇ ਹਾਂ ਰੋਕ ਕੇ, ਬੀਬੀ ਸੰਤਾਂ ਦੇ ਘਰ ਜਾਣਾ ਸੀਗਾ ਜੀ। ਹਾਂਜੀ, ਅੱਛਾ ਜੀ, ਉੱਥੇ ਰਹਿੰਦਾ ਜੀ ਕੋਈ ਹੁਣ ਉਹਨਾਂ ਦੇ ਜੱਦੀ ਘਰ ਜਿੱਥੇ ਉੱਥੇ ਰਹਿੰਦਾ ਜੀ ਕੋਈ? ਨਹੀਂ, ਜਿਹੜਾ ਜੱਦੀ ਘਰ ਸੀ ਜਿੱਥੇ। ਅੱਛਾ ਜੀ, ਘਰ ਕੋਠਿਆਂ ਦੇ ਵਿੱਚ। ਹੁਣ ਜੱਦੀ ਘਰ ਜਿਹੜਾ ਜੱਦੀ ਘਰ ਉੱਥੇ ਗੁਰਦੁਆਰਾ ਸਾਹਿਬ ਬਣਿਆ। ਅੱਛਾ ਜੀ, ਉੱਥੇ ਜਾਣਾ ਹੋਵੇ ਕਿੱਦਾਂ ਦੀ ਜਾਈਏ? ਠੀਕ ਹੈ ਬੀਬੀ ਜੀ, ਮਿਹਰਬਾਨੀ। ਤੇ ਆ ਦੇਖ ਲਓ ਇਧਰਲੇ ਪਾਸੇ ਵੀ ਪਿੰਡ ਦੇ ਚਾਰੇ ਪਾਸੇ ਜਿਹੜੀ ਫੈਰਨੀ ਆ, ਪ੍ਰੋਪਰ ਖੁੱਲ੍ਹਾ ਡੁੱਲਾ ਰੋਡ ਆ। ਇੱਦਾਂ ਨਹੀਂ ਹੈਗਾ ਸਾਡੇ ਦੁਆਬੇ 'ਚ ਥੋੜ੍ਹੀਆਂ ਸੜਕਾਂ ਇੰਨੀਆਂ ਖੁੱਲ੍ਹੀਆਂ ਨਹੀਂ ਹੁੰਦੀਆਂ। ਅਤੇ ਇਹ ਪਿੰਡ ਦੇ ਵਿੱਚ ਜੀ, ਇਹ ਸਾਹਮਣੇ ਬੋਰਡ ਲੱਗਾ ਹੋਇਆ, ਇੱਥੇ ਪਿੰਡ ਦੇ ਵਿੱਚ ਗਊਸ਼ਾਲਾ ਵੀ ਬਣੀ ਹੋਈ ਆ। ਅਤੇ ਆ ਸਾਹਮਣੇ ਤੁਸੀਂ ਗਊਸ਼ਾਲਾ ਦਾ ਬੋਰਡ ਦੇਖ ਸਕਦੇ ਆ। ਅਤੇ ਜਿੱਦਾਂ ਮੈਂ ਸੋਚ ਕੇ ਆਇਆ ਸੀ ਕਿ ਇੱਧਰ ਸ਼ਾਇਦ ਸੰਤ ਜਰਨੈਲ ਸਿੰਘ ਖਾਲਸਾ ਜੀ ਭਿੰਡਰਾਂ ਵਾਲਿਆਂ ਦਾ ਸਾਨੂੰ ਪੁਰਾਣਾ ਘਰ ਮਿਲ ਜੂਗਾ ਜੱਦੀ, ਹੈ ਨਾ। ਬਟ ਇੱਥੇ ਆ ਕੇ ਹੀ ਪਤਾ ਲੱਗਾ, ਕਿਉਂਕਿ ਮੈਂ ਕੋਈ ਵੀਡੀਓ ਵਗੈਰਾ ਵੀ ਨਹੀਂ ਦੇਖੀ ਸੀ ਉਹਨਾਂ ਦੇ ਪਿੰਡ ਦੀ ਪਹਿਲਾਂ ਇੰਟਰਨੈਟ 'ਤੇ ਲੱਭ ਕੇ। ਅਤੇ ਇੱਥੇ ਆ ਕੇ ਪਤਾ ਲੱਗਾ ਕਿ ਜਿੱਥੇ ਉਹਨਾਂ ਦਾ ਘਰ ਆ, ਉਸ ਸਥਾਨ ਦੇ ਉੱਪਰ ਗੁਰਦੁਆਰਾ ਸਾਹਿਬ ਬਣਿਆ ਹੋਇਆ। ਅਤੇ ਜਿੱਦਾਂ ਹੁਣ ਬੀਬੀਆਂ ਨੇ ਦੱਸਿਆ ਕਿ ਮੈਡੀਕਲ ਸਟੋਰ ਤੋਂ ਮੁੜ ਜਾਓ, ਅਤੇ ਹੁਣ ਆਪਾਂ ਲੱਭਦੇ ਹਾਂ ਜੀ ਮੈਡੀਕਲ ਸਟੋਰ ਕਿੱਥੇ ਗਿਆ। ਇੱਕ ਚੀਜ਼ ਹੋਰ, ਚੈਨਲ ਦੇ ਉੱਪਰ ਲਗਾਤਾਰ ਇੰਗਲੈਂਡ ਦੀਆਂ ਵੀ ਕੁਛ ਵੀਡੀਓ ਆਊਗੀਆਂ, 20-25 ਵੀਡੀਓ ਆ ਜਿਹੜੀਆਂ ਲਾਈਨ 'ਚ ਲੱਗੀਆਂ ਹੋਈਆਂ, ਉਹ ਵਾਰੀ ਵਾਰੀ ਆਉਂਦੀਆਂ ਰਹੂਗੀਆਂ। ਤਾਂ ਸਾਰਿਆਂ ਨੂੰ ਬੇਨਤੀ ਆ, ਉਹ ਵੀ ਜ਼ਰੂਰ ਦੇਖਿਓ, ਜੇ ਕੋਈ ਚੰਗੀ ਲੱਗੀ ਤਾਂ ਭਰਾ ਸਪੋਰਟ ਕਰਿਓ ਅਤੇ ਸ਼ੇਅਰ ਕਰਿਓ, ਇਹਨਾਂ ਬਜ਼ੁਰਗਾਂ ਨੂੰ ਇੱਕ ਵਾਰੀ ਪੁੱਛ ਲੈਂਦੇ ਆ। ਠੀਕ ਹੈ, ਠੀਕ ਆ। ਅਤੇ ਹੁਣ ਸਾਹਮਣੇ ਇਹਨਾਂ ਨੇ ਦੱਸਤਾ ਕਿ ਮੈਡੀਕਲ ਸਟੋਰ ਤੋਂ ਮੁੜ ਲਿਓ, ਇਹਨਾਂ ਨੇ ਵੀ ਮੈਡੀਕਲ ਸਟੋਰ ਦੱਸਿਆ ਵੀ ਮੈਡੀਕਲ ਸਟੋਰ ਦੇ ਨਾਲੋਂ ਹੀ ਰਸਤਾ ਮੁੜਦਾ ਆ। ਅਤੇ ਪਿੰਡ ਕਾਫੀ ਵੱਡਾ ਲੱਗਦਾ ਦੇਖਣ ਨੂੰ, ਹੈ ਨਾ।
ਇਦਾਂ ਨਹੀਂ ਹੈਗਾ ਕਿ ਛੋਟਾ ਜਿਹਾ ਪਿੰਡ ਆ, ਕਾਫੀ ਵੱਡਾ ਪਿੰਡ ਲੱਗਦਾ ਦੇਖਣ ਨੂੰ, ਵੱਡੇ ਪਿੰਡ ਤੇ ਪਿੰਡ ਵਿੱਚ ਸਾਰੀਆਂ ਦੁਕਾਨਾਂ ਵੀ ਮਤਲਬ ਕਾਫੀ ਦੁਕਾਨਾਂ ਆ ਜਿਹੜੀਆਂ ਜ਼ਰੂਰਤ ਦੀਆਂ ਚੀਜ਼ਾਂ ਹੁੰਦੀਆਂ ਉਹ ਮੇਰੇ ਖਿਆਲ ਨਾਲ ਕਾਫੀ ਪਿੰਡ ਵਿੱਚੋਂ ਹੀ ਮਿਲ ਜਾਂਦੀਆਂ। ਉਹ ਸਾਹਮਣੇ ਆ ਗਿਆ ਜੀ ਲੱਗਦਾ ਹੁਣ ਮੈਡੀਕਲ ਸਟੋਰ, ਤੇ ਮੈਡੀਕਲ ਸਟੋਰ ਦੇ ਨਾਲ ਹੀ ਕਹਿੰਦੇ ਰਾਹ ਮੁੜਦਾ ਆ, ਆ ਲੱਗਾ ਜੀ ਮੈਡੀਕਲ ਸਟੋਰ ਤੇ ਬੋਰਡ, ਤੁਸੀਂ ਦੇਖ ਸਕਦੇ ਹੋ। ਤੇ ਹੁਣ ਆ ਸਾਹਮਣੇ ਫਾਈਨਲੀ ਗੁਰੂ ਘਰ ਦਿਸਣਾ ਸਟਾਰਟ ਹੋ ਗਿਆ, ਆਓ ਤੁਹਾਨੂੰ ਕਰਾਉਂਦੇ ਹਾਂ ਗੁਰੂ ਘਰ ਦੇ ਦਰਸ਼ਨ। ਗੁਰੂ ਘਰ ਕਾਫੀ ਰੋਡ ਤੋਂ 4 ਫੁੱਟ ਉੱਚੇ ਲੈਵਲ ਤੇ ਬਣਿਆ ਹੋਇਆ, ਤੇ ਇਹਦਾ ਪਤਾ ਲੱਗਾ ਕਿ ਜਿਹੜਾ ਜਿੱਥੇ ਉਹਨਾਂ ਦਾ ਪੁਰਾਣਾ ਘਰ ਹੁੰਦਾ ਸੀਗਾ ਉਹ ਘਰ ਦੇ ਉੱਪਰ ਹੀ ਗੁਰੂ ਘਰ ਬਣਾਇਆ ਗਿਆ ਹੈ ਨਾ। ਤੇ ਸਾਹਮਣੇ ਤੁਸੀਂ ਦੇਖ ਸਕਦੇ ਬੱਚੇ ਖੇਡਣ ਲੱਗੇ ਹੋ ਆ, ਤੇ ਖੁੱਲੀ ਡੁੱਲੀ ਪਾਰਕਿੰਗ ਆ ਗੁਰੂ ਘਰ ਦੀ। ਸੰਗਤ ਜੀ ਅਸੀਂ ਇਸ ਵੇਲੇ ਖੜੇ ਹਾਂ ਜੀ, ਉੱਧਰ ਦੀ ਚੱਲੀਏ ਬਾਬਾ ਜੀ, ਅਤੇ ਅਸੀਂ ਇਸ ਵੇਲੇ ਖੜੇ ਹਾਂ ਜੀ ਉਸ ਸਥਾਨ 'ਤੇ ਜੀ ਜਿੱਥੇ ਸੰਤ ਜਰਨੈਲ ਸਿੰਘ ਖਾਲਸਾ ਜੀ ਪਿੰਡਰਾਣਾ ਦਾ ਜਿਹੜਾ ਜੱਦੀ ਘਰ ਸੀਗਾ, ਅਤੇ ਇਸ ਟਾਈਮ ਇੱਥੇ ਗੁਰੂ ਘਰ ਸ਼ੋਭਿਤ ਆ ਜੀ। ਇਹ ਜਨਮ ਸਥਾਨ 'ਤੇ ਉਹਨਾਂ ਦੇ ਗੁਰੂ ਘਰ ਬਣਿਆ ਹੋਇਆ। ਬਾਪੂ ਜੀ, ਬਾਪੂ ਜੀ ਕਿੰਨੇ ਸਾਲ ਹੋ ਗਿਆ ਜੀ ਇੱਥੇ ਗੁਰੂ ਘਰ ਨੂੰ ਜਿਹੜਾ ਬਣਾਇਆ ਹੋਇਆ? ਤਕਰੀਬਨ 18 ਸਾਲ ਹੋ ਗਏ ਹੋਣਗੇ। 18 ਸਾਲ ਹੋ ਗਿਆ ਗੁਰੂ ਘਰ ਬਣੇ ਨੂੰ। ਉਹਦੇ ਬਿਨ ਤੇ ਉਹ ਸਾਰਾ ਕਵਰ ਹੋ ਗਿਆ, ਆਪਾਂ ਨੂੰ ਉੱਥੇ ਦੱਖ ਨਹੀਂ ਹੁੰਦਾ ਹੈਗਾ, ਇੱਧਰ ਦੱਖ ਦੇਊਗਾ। ਹਾਂਜੀ ਹਾਂਜੀ ਹਾਂਜੀ। ਇਸ ਬਾਪੂ ਜੀ ਪਹਿਲਾਂ ਹੀ ਘਰ ਲਈ ਇੰਨੀ ਖੁੱਲੀ ਡੁੱਲੀ ਜਗ੍ਹਾ ਸੀ ਜਾਂ ਫਿਰ ਆਲੇ ਦੁਆਲੇ ਬਾਅਦ 'ਚ ਜਗ੍ਹਾ ਹੋਰ ਲਈ? ਇਹ ਸਾਰਿਆਂ ਨੇ ਫ੍ਰੀ ਛੱਡੀ ਹੈ। ਅੱਛਾ ਜੀ। ਉਹਨਾਂ ਦਾ ਥਾਂ ਥੋੜ੍ਹਾ ਹੀ ਸੀਗਾ। ਅੱਛਾ। ਤੇ ਜੇ 10 ਘਰ ਆ ਤੇ ਉਹਨਾਂ ਨੇ ਉਹ ਛੱਡਤਾ ਫ੍ਰੀ 'ਚ ਹੀ। ਮੇਨ ਸਾਰੇ ਫਿਰ ਇਹਨਾਂ ਦੇ ਜਿੱਦਾਂ ਮਤਲਬ ਦੂਜੇ ਇਹਨਾਂ ਦੇ ਘਰ ਆਏ ਸੀਗੇ ਜਿੱਦਾਂ ਸ਼ਰੀਕੇ 'ਚੋਂ? ਕਿਸੇ ਨੇ ਕੀਤਾ ਹੀ ਨੀਗਾ। ਠੀਕ ਹੈ ਜੀ। ਤਰੀਕੇ ਦੇ ਬਾਹਰ ਸੀਗਾ, ਅਬੇ ਅਸਮੇ ਇੱਥੇ ਸੋਭਾ ਦਿੰਦਾ ਆਪਾਂ ਨੂੰ ਕਰਾਉਣਾ ਹੈ ਨਾ। ਠੀਕ ਹੈ ਜੀ। ਤੇ ਆਓ ਤਾਂ ਜੀ ਤੁਹਾਨੂੰ ਅੰਦਰੋਂ ਵੀ ਦਰਸ਼ਨ ਕਰਾਉਂਦੇ ਹਾਂ ਗੁਰੂ ਘਰ ਦੇ, ਕਿਉਂਕਿ ਗੁਰੂ ਘਰ ਦੇ ਅੰਦਰ ਬਾਬਾ ਜੀ ਨੇ ਦੱਸਿਆ ਕਿ ਭੋਰਾ ਸਾਹਿਬ ਵੀ ਬਣਿਆ ਹੋਇਆ, ਅਤੇ ਇਸ ਕਰਕੇ ਮੈਂ ਬਾਬਾ ਜੀ ਨੂੰ ਕਿਹਾ ਵੀ ਤੁਸੀਂ ਨਾਲ ਆਓ ਤਾਂ ਕਿ ਉਹ ਸਾਰੀਆਂ ਚੀਜ਼ਾਂ ਬਾਰੇ ਚੰਗੀ ਤਰ੍ਹਾਂ ਐਕਸਪਲੇਨ ਕਰ ਸਕਣ। ਹਾਂਜੀ ਹਾਂਜੀ। ਦਮਦਮੀ ਟਕਸਾਲ ਦੇ 14ਵੇਂ ਮੁਖੀ ਸ਼ਹੀਦ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਦੇ ਜਨਮ ਸਥਾਨ ਗੁਰਦੁਆਰਾ ਸੰਤ ਖਾਲਸਾ ਦੀ ਸੇਵਾ, ਸ਼੍ਰੀ ਅਕਾਲ ਪੁਰਖ ਜੀ ਦੀ ਅਪਾਰ ਦਿਆਲਤਾ ਦੁਆਰਾ ਸਮੂਹ ਸਿੱਖ ਸੰਗਤਾਂ ਦੇ ਸਹਿਯੋਗ ਨਾਲ ਸੰਤਾਂ ਦੇ ਚਰਨ ਸੇਵਕ ਸੰਤ ਗਿਆਨੀ ਹਰਨਾਮ ਸਿੰਘ ਜੀ ਖਾਲਸਾ ਦਮਦਮੀ ਟਕਸਾਲ ਤੋਂ ਆਪ ਕਰਵਾਈ। ਪ੍ਰਬੰਧਕ ਦਮਦਮੀ ਟਕਸਾਲ ਜਥਾ ਭਿੰਡਰਾਂ। ਅੱਛਾ ਜੀ।
101 ਫੁੱਟ ਦਾ ਨਿਸ਼ਾਨ ਸਾਹਿਬ ਲੱਗਾ ਹੋਇਆ ਜੀ ਤੇ ਇਹ ਵੀ ਬਾਬਾ ਜੀ ਦੱਸਦਾ ਕਿ 101 ਫੁੱਟ ਦਾ ਨਿਸ਼ਾਨ ਸਾਹਿਬ ਲੱਗਾ ਹੋਇਆ ਜੀ ਇਸ ਅਸਥਾਨ ਤੇ ਖੋਲੋ ਜੀ ਮੂਹਰੇ ਹੋ ਕੇ ਦਰਵਾਜ਼ਾ ਅੱਛਾ ਜੀ ਇੱਧਰਲਾ ਬਾਹਰ ਠੀਕ ਹੈ ਉਹ ਹਾਂਜੀ 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 ਉੱਧਰੋਂ ਸਾਹਮਣੇ ਨਿਗਾਹ ਰਹਿੰਦਾ ਅਤੇ ਅੰਦਰੋਂ ਵੀ ਦੇਖੋ ਗੁਰੂ ਘਰ ਬਹੁਤ ਸੋਹਣਾ ਬਣਿਆ ਹੋਇਆ ਗੁਰੂ ਘਰ ਦੁਆਰਾ ਅੰਦਰੋਂ ਦ੍ਰਿਸ਼ ਗੁਰੂ ਘਰ ਦਾ ਅੰਦਰ ਦਾ ਸਾਰਾ ਇਹ ਹਾਲ ਏ ਸੀ ਆ ਅਤੇ ਲਓ ਜੀ ਆਪਾਂ ਹੀ ਮੱਥਾ ਟੇਕ ਲਈਏ ਵਾਹਿਗੁਰੂ ਮਿਹਰ ਕਰੀ ਅਤੇ ਆ ਜਾਓ ਹੁਣ ਤੁਹਾਨੂੰ ਦਿਖਾਉਂਦੇ ਹਾਂ ਜਿਹੜਾ ਗੁਰੂ ਘਰ ਦੇ ਅੰਦਰ ਭੋਰਾ ਸਾਹਿਬ ਬਣਿਆ ਹੋਇਆ ਅਤੇ ਇਹ ਗੁਰੂ ਘਰ ਦੇ ਅੰਦਰ ਸ਼ੀਤੀ ਜੋਤ ਜਾਗਦੀ ਹੋਈ ਅਤੇ ਸੰਗਤ ਜੀ ਇਹ ਸੀਗਾ ਜੀ ਉਹ ਭੋਰਾ ਸਾਹਿਬ ਜਿਹੜਾ ਗੁਰੂ ਘਰ ਦੇ ਵਿੱਚ ਬਣਿਆ ਹੋਇਆ ਅਤੇ ਬਾਬਾ ਜੀ ਇੱਥੇ ਭੋਰਾ ਸਾਹਿਬ ਬਣਾਉਣ ਦਾ ਜੀ ਮੁੱਖ ਕਾਰਨ ਕੋਈ ਮੁੱਖ ਕਾਰਨ ਇਹ ਸੀ ਜੀ ਆਪਣਾ ਵੀ ਜਿਹੜਾ ਇਹ ਥਾਂ ਨੀਵਾਂ ਦਾ ਸੀਗਾ ਕਾਰਨ ਦਾ ਇਸ ਕਰਕੇ ਵੀ ਨੀਵਾਂ ਬਣਾਇਆ ਸੀ ਇੱਕ ਹਾਂਜੀ 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 ਮੈਂ ਸਮਝ ਗਿਆ ਬਾਕੀ ਸੰਗਤ ਬੈਠ ਕੇ ਪਾਠ ਕਰ ਲੈਂਦੀ ਆ ਸਹੀ ਆ ਜੀ ਠੀਕ ਆ ਜੀ ਅਤੇ ਸੰਗਤ ਜੀ ਇਹ ਉਹ ਜੀ ਮੇਨ ਅਸਥਾਨ ਘਰ ਦੇ ਵਿੱਚ ਜਿੱਥੇ ਜਿਹੜਾ ਜਨਮ ਅਸਥਾਨ ਸੰਤ ਜਰਨੈਲ ਸਿੰਘ ਖਾਲਸਾ ਪਿੰਡਰਾਂ ਵਾਲਾ ਜੀ ਦਾ ਜੀ ਵੈਸੇ ਹੁਣ ਪਹਿਲਾਂ ਕੋਈ ਭੋਰਾ ਨਹੀਂ ਸੀਗਾ ਅੱਛਾ ਜੀ ਸਮਝ ਜਾਂਦੀ ਵੀ ਭੋਰਾ ਸੀਗਾ ਕਿਤੇ ਸੰਤਾਂ ਦਾ ਭੋਰਾ ਨਹੀਂ ਸੀਗਾ ਵੀ ਨੀਵਾਂ ਥਾਂ ਹਾਂਜੀ ਉਹੀ ਮੈਂ ਦੇਖੋ ਹੁਣ ਜਿੱਦਾਂ ਰੋਡ ਦੇ ਉੱਪਰੋਂ 4-5 ਫੁੱਟ ਗੁਰੂ ਘਰ ਉੱਚਾ ਆ ਹੈ ਨਾ ਉਸ ਹਿਸਾਬ ਨਾਲ ਤਾਂ 5 ਫੁੱਟ ਦਾ ਹੀ 7 ਫੁੱਟ 10 ਫੁੱਟ ਆ ਨੀਵਾਂ ਹੋ ਗਿਆ ਹੈ ਨਾ ਇਹ ਫਿਰ ਪੁਰਾਣਾ ਘਰ ਉਸ ਟਾਈਮ ਸਮੇਂ ਦਾ ਹਾਂਜੀ ਕੱਚਾ ਘਰ ਸੀਗਾ ਇੱਥੇ ਅੱਛਾ ਜੀ ਜੀ
ਮਾਤਾ ਪਿਤਾ ਬਾਰੇ ਬਾਬਾ ਜੀ ਦੱਸ ਦਿੰਦੇ ਆ। ਅਤੇ ਬਾਬਾ ਜੀ ਇੱਥੇ ਉਹਨਾਂ ਦੇ ਪਰਿਵਾਰ ਦੇ ਵਿੱਚ ਹੋਰ ਕੌਣ ਕੌਣ ਆ ਪਿੰਡ ਦੇ ਵਿੱਚ, ਜਾਂ ਫਿਰ ਉਹਨਾਂ ਦੇ ਤੁਸੀਂ ਥੋੜ੍ਹਾ ਜਿਹਾ, ਮੈਂ ਚਾਹੂੰਗਾ ਤੁਸੀਂ ਥੋੜ੍ਹਾ ਡਿਟੇਲ ਦੇ ਵਿੱਚ ਦੱਸ ਦਿਓ ਸੰਗਤ ਨੂੰ। ਇਹਦੇ ਦੋ ਸੱਤ ਭਰਾ ਸੀ ਜੀ। ਅੱਛਾ ਜੀ। ਮਾਂ ਪਿਤਾ ਦਾ ਜਗਿੰਦਰ ਸਿੰਘ, ਮਾਤਾ ਦਾ ਨਿਹਾਲ ਕੌਰ ਸੰਤਾ ਦਾ, ਇਹ ਦੋ ਭਾਈ ਸੀਗੇ ਜਰਨੈਲ ਸਿੰਘ ਅਤੇ ਵੀਰ ਸਿੰਘ, ਦੂਜੇ ਇੱਕ ਵੱਖਰੇ ਆ। ਅੱਛਾ ਜੀ। ਇਹਨੇ ਨਾਨਕੇ ਵੱਡੀ ਗਾਲ ਵਾ ਸੰਤਾਂ ਦੇ। ਕਿਹੜੇ ਪਿੰਡ ਜੀ? ਵੱਡੀ ਗਾਲ ਜਗਰਾਵਾਂ ਕੋਲ। ਅੱਛਾ ਜੀ, ਜਗਰਾਵਾਂ ਦੇ ਕੋਲ ਨਾਨਕੇ ਤੋਂ। ਠੀਕ ਆ ਜੀ। ਅਤੇ ਪੜ੍ਹਾਈ ਪੰਜ ਮਾਤਾ ਪਿੰਡ ਦੇ ਸਕੂਲ 'ਚ ਕੀਤੀ ਸੀ। ਅੱਛਾ ਜੀ, ਪਿੰਡ ਦੇ ਸਕੂਲ ਦੇ ਵਿੱਚ ਪੜ੍ਹੇ ਆ ਸੰਤ। ਪ੍ਰਾਇਮਰੀ ਸਕੂਲ ਹੁੰਦਾ ਉਦੋਂ। ਠੀਕ ਆ ਜੀ। ਅਤੇ ਹੁਣ ਉਹ ਪ੍ਰਾਇਮਰੀ ਸਕੂਲ ਪਿੰਡ ਦੇ ਵਿੱਚ ਹੈਗਾ? ਉਹ ਪ੍ਰਾਇਮਰੀ ਸਕੂਲ ਸ਼ਿਫਟ ਕਰਕੇ ਉੱਥੇ ਸਰਕਾਰੀ ਹਸਪਤਾਲ ਬਣਾਇਆ ਗਿਆ। ਅੱਛਾ, ਸਰਕਾਰੀ ਹਸਪਤਾਲ ਬਣ ਗਿਆ। ਅਤੇ ਉੱਦਾਂ ਸਕੂਲ ਹੈਗਾ ਪਿੰਡ ਦੇ ਵਿੱਚ? ਸਕੂਲ ਹੈਗੇ ਪੰਜ। ਅੱਛਾ ਜੀ। ਅੱਛਾ, ਕਿੰਨੇ ਸਕੂਲ ਹੈ? ਸਕੂਲ ਹੈਗੇ ਚਾਰ ਕੁ। ਠੀਕ ਹੈ ਜੀ, ਠੀਕ ਹੈ, ਠੀਕ ਹੈ। ਸਰਕਾਰੀ ਸਕੂਲ ਤਾਂ ਇੱਕੋ ਹੀ ਹੋਣਾ। ਹਾਂਜੀ, ਸਰਕਾਰੀ ਸਕੂਲ ਤਾਂ ਇੱਕੋ ਹੀ ਹੋਣਾ ਨਾ। ਪਿੰਡ ਵੱਡਾ ਕਰਕੇ ਵਾਧੀ ਕਰਕੇ ਤਾਂ ਜ਼ਿਆਦੇ ਆ। ਅੱਛਾ ਜੀ। ਵਾਧੀ ਦੇ ਵਿੱਚ ਛੋਟੇ ਬੱਚੇ ਨੂੰ ਹੁਣ ਜਾਣਾ ਮੇਰੇ ਔਖਾ ਮੁਸ਼ਕਲ ਹੁੰਦੀ ਦੂਰ। ਅੱਛਾ ਜੀ, ਅੱਛਾ ਜੀ। ਇੰਨੀ ਆਬਾਦੀ ਆ ਪਿੰਡ ਦੀ? 7,500 ਵੋਟ ਆ ਜੀ। ਠੀਕ ਆ ਜੀ, ਠੀਕ ਆ। ਇੱਥੇ ਦੀਆਂ ਪੰਜ ਪੰਚਾਇਤਾਂ ਹੈ। ਠੀਕ ਆ ਜੀ, ਪੰਜ ਪੰਚਾਇਤਾਂ। ਅਤੇ ਬਾਪੂ ਜੀ, ਜਿਹੜਾ ਗੁਰਦੁਆਰਾ ਸਾਹਿਬ ਆ, ਇਹਦੀ ਜਿਹੜੀ ਸਾਂਭ ਸੰਭਾਲ ਆ ਅਤੇ ਜਿਹੜਾ ਇਹਦਾ ਦੇਖ ਰੇਖ ਆ, ਉਹ ਇਸ ਵੇਲੇ ਕੌਣ ਕਰਦਾ ਜੀ? ਜਿਹੜਾ ਮੇਨ ਜਿਹੜਾ ਹੈਗਾ ਗ੍ਰੰਥੀ ਸਾਡਾ ਬਾਬਾ ਬਲਵਿੰਦਰ ਸਿੰਘ, ਉਹ ਲੈਣ 'ਚ ਗਏ ਜਾਂ ਕਥਾ ਕਰਨ ਵਾਸਤੇ। ਠੀਕ। ਅਤੇ ਦਮੇ ਟਕਸਾਲ ਦੇ ਅਧੀਨ ਹੀ ਆ। ਅੱਛਾ ਜੀ, ਦਮਦਮੀ ਟਕਸਾਲ ਦੇ ਅਧੀਨ ਹੀ ਆ। ਠੀਕ ਆ ਜੀ। ਆ ਜਾਓ ਬੀਬੀ ਜੀ, ਤੁਸੀਂ ਕੋਈ ਨਹੀਂ ਦਰਸ਼ਨ ਪਰਿਵਾਰ ਹੁੰਦਾ ਜੀ ਆਪਣੇ, ਬਾਈ ਜਗਤਾਰ ਸਿੰਘ ਜੀ ਰੋਡੇ। ਠੀਕ ਆ ਜੀ। ਸਰੋਣੀ ਗੱਡੀ ਮੈਂਬਰ ਆ ਗਏ। ਅੱਛਾ ਜੀ, ਉਹ ਆਉਂਦੇ ਆ, ਉਹ ਦੇਖ ਰੇਖ ਰੱਖਦੇ। ਠੀਕ ਆ ਜੀ, ਠੀਕ ਆ। ਪਰਿਵਾਰ ਵੀ ਆ, ਬਾਕੀ ਹੋਰ ਸਿੰਘ ਰਹਿੰਦੇ ਆ ਇੱਥੇ, ਸੰਥਿਆ ਹੁੰਦੀ ਹੈਗੀ। ਸਹੀ ਹੈ ਜੀ, ਸਹੀ ਹੈ। ਉਹ ਤਾਂ ਜਿੱਦਾਂ ਦਮ ਦੇ ਮਿੱਟ ਸਾਲ ਮਹਿਤੇ ਹੁੰਦੀ ਹੈ ਨਾ, ਉਸੇ ਤਰ੍ਹਾਂ। ਠੀਕ ਹੈ ਜੀ, ਠੀਕ ਹੈ। ਤਾਂ ਇਹ ਜੇ ਕਥਾ ਹੁੰਦੀ ਹੈਗੀ। ਠੀਕ ਹੈ ਜੀ। ਸ਼ਾਮ ਸਵੇਰੇ ਦੋਨੇ ਟਾਈਮ ਕਥਾ ਹੁੰਦੀ। ਤੇ ਇੱਥੇ ਜਿਹੜਾ ਸੰਤਾਂ ਦੀ ਜਿਹੜੀ ਬਰਸੀ ਮਨਾਈ ਜਾਂਦੀ ਹੈ ਜੀ, ਉਹ? ਹਾਂਜੀ, ਉਹ ਆਪਣੇ ਮਨਾਈ ਜਾਂਦੀ ਹੈ 2 ਜੂਨ ਨੂੰ। ਅੱਛਾ, 2 ਜੂਨ ਨੂੰ ਪਹਿਲੀ ਵਾਰ ਮਨਾਈ ਗਈ ਇੱਥੇ? ਨਹੀਂ, ਜਨਮ ਦਿਨ ਮਨਾਉਂਦੇ ਜੀ 2 ਜੂਨ ਨੂੰ। ਜਾਂ ਤੇ ਸੰਤਾਂ ਦਾ ਜਿਹੜਾ ਜਨਮ ਦਿਨ ਆ? ਹਾਂਜੀ, 2 ਜੂਨ 1947 ਬਰਸੀ ਮਨਾਈ ਜਾਂਦੀ ਆਪਣੇ। ਤੇ ਵੈਸੇ ਉਹਨਾਂ ਦੀ ਜਿਹੜੀ ਜਨਮ ਤਰੀਕ ਹੈ ਉਹ ਤਾਂ ਅਲੱਗ ਹੈ ਨਾ? ਜਨਮ ਤਰੀਕ 2 ਜੂਨ ਹੈ ਤੇ 2 ਫਰਵਰੀ ਨੂੰ ਵੀ ਫਰਵਰੀ ਦੇ ਵਿੱਚ ਵੀ ਹੁੰਦਾ ਸਮਾਗਮ ਕਰਾਉਣੇ ਫਿਰ ਦੁਬਾਰਾ। ਠੀਕ ਆ ਜੀ। ਉਸ ਦਿਨ ਉਹਨਾਂ ਨੇ ਅੰਮ੍ਰਿਤ ਛਕਾਉਣ ਕੀਤਾ ਸੀਗਾ ਸੰਤਾਂ ਨੇ, ਉਹਨੂੰ ਮੇਨ ਮੁੱਦਾ ਰੱਖ ਕੇ ਉਹ ਇੱਕ ਹਫ਼ਤਾ ਇੱਥੇ ਅੰਮ੍ਰਿਤ ਛਕਾਉਣ ਦਾ ਘੱਟ ਹੁੰਦਾ ਕਦਾ ਕੀਰਤਨ। ਜਿਹੜਾ ਆਪਣੇ ਉਹਨਾਂ ਦੇ ਸਕੂਲ ਦੇ ਵਿੱਚ ਡਾਊਨਗ੍ਰੇਡ ਮਿਲੀ ਹੈਗੀ ਹਾਂਜੀ ਸਰਟੀਫਿਕੇਟ 'ਚ, ਉਹ 2 ਜੂਨ ਆ ਗਈ। ਅੱਛਾ ਜੀ, ਉਹ 2 ਜੂਨ ਆ ਸਕੂਲ ਦੇ ਵਿੱਚ ਕਢਵਾਈ ਗਈ ਆ, ਉਹਦੀ ਮਤਲਬ ਫੋਟੋ ਕਾਪੀਆਂ ਵੀ ਹੈਗੀਆਂ ਆ। ਠੀਕ ਆ ਜੀ। 2 ਜੂਨ ਆਉਂਦੀ ਹੈ ਜੀ, ਉਹਨੂੰ ਮੁੱਕਰ ਕੇ ਫਿਰ 2 ਜੂਨ ਮਨਾ। ਠੀਕ ਆ ਜੀ। ਉਹ ਬਾਕੀ ਪਹਿਲਾਂ ਕੋਈ ਪੱਕਾ ਪਤਾ ਨਹੀਂ ਸੀਗਾ ਕਿ ਪਹਿਲਾਂ ਫਰਵਰੀ ਮਹੀਨੇ 'ਚ ਮਨਾਉਂਦੇ ਹੁੰਦੇ ਸੀ। ਹਾਂਜੀ, ਪਹਿਲਾਂ 2 ਫਰਵਰੀ ਨੂੰ ਮੇਰੇ ਖਿਆਲ ਹੁੰਦਾ ਸੀ ਕਿ 23 ਫਰਵਰੀ ਨੂੰ ਹੁੰਦਾ ਸੀ, ਅਤੇ 14 ਤੋਂ 21 ਬਾਈ ਤਾਈਂ। 14 ਤੋਂ 21 ਬਾਈ ਤਾਈਂ। ਠੀਕ ਆ ਜੀ। ਇੱਕ ਹਫ਼ਤਾ ਮਨਾਈ ਜਾਂਦਾ ਸੀ। ਠੀਕ ਆ ਜੀ। ਫਿਰ ਸਾਰੀ ਸੰਗਤ ਨੇ ਵਿਚਾਰ ਕਰਕੇ ਵੀ ਆਪਾਂ 2 ਜੂਨ ਕਿਉਂ ਨਾ ਮਨਾਇਆ, ਪਿਛਲੇ ਸਾਲ ਤੋਂ ਐਕਟਿਵ ਮਨਾਇਆ। ਹਾਂਜੀ, ਇਸੇ ਸਾਲ। ਹਾਂ, ਠੀਕ ਹੈ। ਅੱਛਾ, 2 ਮਹੀਨੇ ਪਹਿਲਾਂ ਹੀ ਇਸੇ ਸਾਲ ਮਨਾ ਪਏ। ਠੀਕ ਹੈ ਜੀ। ਵੀ ਆਪਾਂ ਉਹ ਸਮਾਂਦਾਰੀ ਮਨਾਈਏ, ਸਾਰੀ ਸੰਗਤ ਦਾ ਵਿਚਾਰ ਅਧੀਨ ਕਰਕੇ ਨਾ, ਅਤੇ ਆਪਾਂ 2 ਜੂਨ ਹੀ ਰੱਖੋ। ਸਹੀ ਹੈ ਜੀ, ਸਹੀ ਹੈ। ਚਲੋ, ਚੜ੍ਹਦੀ ਕਲਾ ਜੀ। ਅਤੇ ਇਹਨਾਂ ਦੇ ਜਿਹੜੇ ਹੁਣ ਜਿੱਦਾਂ ਤੁਸੀਂ ਦੱਸਦੇ ਹੋ ਵੀ ਪਿੰਡ ਦੇ ਵਿੱਚ ਵਾਦੀ ਬਹੁਤ ਹੈ, ਜਦੋਂ ਹੁਣ ਮੈਂ ਮੇਨ ਰੋਡ 'ਤੇ ਕਿਸੇ ਨੂੰ ਪੁੱਛਿਆ ਸੀ ਵੀ ਸੰਤਾਂ ਦੇ ਘਰ ਜਾਣਾ ਹੈ ਨਾ, ਤਾਂ ਉਹਨਾਂ ਨੇ ਕਿਹਾ ਸੰਤ ਟਿੱਬਿਆਂ ਵਾਲੇ ਤੁਸੀਂ ਕੀ ਕਿਹਾ ਸੀ? ਭੂਰੀ ਵਾਲਾ। ਨਹੀਂ ਨਹੀਂ, ਕੁਛ ਕਹਿੰਦੇ ਸੀ ਵੀ ਕਿੰਨੇ ਪਾਸੇ ਸੰਤ। ਹਾਂਜੀ ਹਾਂਜੀ, ਕੋਠਿਆਂ ਵਾਲੇ ਉਹ ਸੜਕ 'ਤੇ ਉੱਥੇ ਰਹਿੰਦੇ ਆ ਉਹ। ਠੀਕ ਆ ਜੀ। ਹੈਗੇ 50-60 ਘਰ ਤਕਰੀਬਨ ਇੱਥੋਂ। ਠੀਕ ਆ ਜੀ। ਜਿਹੜਾ ਪਰਿਵਾਰ ਆ ਬਾਹਰ ਰਹਿੰਦਾ। ਅੱਛਾ ਜੀ, ਉਹ ਉਸ ਏਰੀਏ ਨੂੰ ਕੋਠਿਆਂ ਵਾਲੇ ਮਤਲਬ ਸਾਈਡ ਬੋਲਦੇ ਆ। ਕਾਜਾ ਗੁਰੂਪੁਰਾ ਕਹਿੰਦੇ ਆ ਉਹਨੂੰ, ਪੰਜਾਬ ਨੂੰ ਪਿੰਡ ਨੂੰ ਗੁਰੂਪੁਰਾ ਕਹਿੰਦਾ ਨਾ। ਠੀਕ ਹੈ ਜੀ, ਠੀਕ ਹੈ। ਮੇਰੇ ਨਾਮ ਆ ਗੁਰੂਪੁਰਾ। ਸੰਤਾਂ ਜਿਹੜਾ ਪਰਿਵਾਰ ਆ, ਜਿਵੇਂ ਚਾਚੀ ਤਾਏ ਦੇ ਪਰਿਵਾਰ ਆ ਜਾਂ ਸੰਤਾਂ ਦੇ ਭਰਾ ਸੀਗੇ, ਉਹ ਪਰਿਵਾਰ ਉੱਥੇ ਬਾਹਰ ਉੱਥੇ ਰਹਿੰਦੇ ਆ ਹੁਣ। ਉੱਥੇ ਹੀ ਕੋਠਿਆਂ ਵਾਲੇ 'ਚ ਰਹਿੰਦੇ ਉੱਥੇ, ਮਤਲਬ ਉਹ ਏਰੀਏ ਨੂੰ ਕੋਠਿਆਂ ਵਾਲੇ ਬੋਲਦੇ ਆ। ਉਹ ਛੋਟਾ ਨਾ ਕਰੇ ਪਰ ਕੋਠੇ ਘਰ ਬਣਾ ਦਿੰਦਾ। ਸਾਡੇ ਪਿੰਡਾਂ 'ਚ ਵੀ ਜੇਕੋ ਖੂਹ 'ਤੇ ਰਹਿੰਦਾ ਹੋਵੇ, ਉਹਨਾਂ ਨੂੰ ਖੂਹ ਵਾਲੇ ਕਹਿਣ ਲੱਗ ਪੈਂਦੇ ਹੈ ਨਾ। ਪਹਿਲਾਂ ਉਹਦਾ ਨਾਮ ਗੁਰੂਪੁਰਾ ਰੱਖਿਆ ਹੋਇਆ। ਠੀਕ ਆ ਜੀ, ਠੀਕ ਹੈ। ਉੱਥੇ ਵੀ ਇੱਕ ਪੰਚਾਇਤ ਆ ਸੀ। ਅੱਛਾ, ਉੱਥੇ ਪੰਚਾਇਤ ਵੱਖਰੀ ਆ। ਠੀਕ ਆ ਬਾਬਾ ਜੀ। ਬਾਕੀ ਰਾਤ ਪੰਚਾਇਤ ਵੱਖਰੀ ਜੀ। ਇੱਥੇ ਜਿਹੜਾ 2 ਪਿੰਡ ਹੈ, ਇਹਦੇ 2 ਪਿੰਡਾਂ ਰੋਡੇ ਵੱਖਰੇ ਪੰਚਾਇਤ ਹੈ, ਇੱਕ ਰੋਡੇ ਸਰਜਾ ਦੇ ਪੰਚਾਇਤ ਵਰਗੇ। ਠੀਕ ਹੈ ਜੀ, ਠੀਕ ਹੈ। ਇੱਕ ਕਾਲਜਾਂ ਦਾ ਰੋਡ ਹੈ ਉਦੋਂ ਦਾ ਮੇਨ ਰੋਡ ਤੋਂ, ਉੱਥੇ ਉੱਥੇ ਰੋਡੇ ਪੰਚਾਇਤ ਬਣ ਗਈ। ਠੀਕ ਹੈ ਬਾਪੂ ਜੀ, ਠੀਕ ਹੈ।
ਤੇ ਜਿਹੜੇ ਸੰਤਾਂ ਦੇ ਪੁੱਤਰ ਨੇ ਇੱਕ ਤਾਂ ਬਾਹਰ ਰਹਿੰਦੇ ਆ ਕਨੇਡਾ ਦੇ ਤੇ ਇੱਕ ਇੱਕ ਰਾਜਿੰਦਰਜੀਤ ਸਿੰਘ ਤੇ ਇੱਕ ਆਪਣਾ ਈਸ਼ਰ ਸਿੰਘ ਠੀਕ ਹੈ ਜੀ ਉਹ ਤਾਂ ਲੰਦਾ ਰਹਿੰਦੇ ਠੀਕ ਹੈ ਜੀ ਤੇ ਮਿਹਰਬਾਨੀ ਬਾਪੂ ਜੀ ਤੁਸੀਂ ਬਹੁਤ ਬਹੁਤ ਇੰਨਾ ਟਾਈਮ ਦਿੱਤਾ ਜੀ ਤੇ ਆਪਣੇ ਵੀ ਦਿਲ ਦੀ ਬੜੀ ਤਮੰਨਾ ਸੀ ਜੀ ਕਿ ਦੇਖ ਕੇ ਆਉਣਾ ਤੇ ਅਸੀਂ ਸਪੈਸ਼ਲ ਸਾਨੂੰ ਹੋਰ ਕੋਈ ਕੰਮ ਨਹੀਂ ਸੀਗਾ ਇੱਦਾਂ ਨਹੀਂ ਕਿ ਸੋਚਿਆ ਅਸੀਂ ਇੱਧਰ ਹੋਰ ਕੋਈ ਕੰਮ ਆਏ ਹੋਏ ਹਾਂ ਸਵੇਰੇ ਹੀ ਆਪਾਂ ਸਵੇਰ ਦੇ ਅੱਜ ਮਤਲਬ ਇਹੀ ਸੀਗਾ ਵੀ ਅੱਜ ਸੰਤਾਂ ਦਾ ਪਿੰਡ ਦੇਖ ਕੇ ਆਉਣਾ ਹਾਂਜੀ ਆ ਜਾਓ ਕੁਝ ਬਾਅਦ ਸਰ ਸਥਾਨ ਜਿਹੜਾ ਹੈਗਾ ਜੀ ਦਮਦਮ ਟਕਸਾਲ ਮਹਿਤਾ ਜੀ ਦੇ ਅੰਡਰ ਆ ਅਤੇ ਇੱਥੇ ਹਰੇਕ ਵੇਲੇ ਚਾਹ ਅਤੇ ਪ੍ਰਸ਼ਾਦੇ ਦਾ ਲੰਗਰ ਚੱਲਦਾ ਰਹਿੰਦਾ ਇੱਧਰਲੀ ਸਾਈਡ ਲੰਗਰ ਹਾਲ ਆ ਅਤੇ ਬਾਪੂ ਜੀ ਲੰਗਰ ਦੀ ਸੇਵਾ ਚੱਲਦੀ ਰਹਿੰਦੀ 12 ਮਹੀਨੇ ਠੀਕ ਹੈ ਜੀ ਨਹੀਂ ਬਾਪੂ ਪ੍ਰਸ਼ਾਦਾ ਭੁੱਖ ਨਹੀਂ ਚਾਹ ਦੀ ਇਹਨੂੰ ਪੁੱਛ ਲਓ ਜੀ ਮੁੰਡੇ ਨੂੰ ਜੀ ਦੁੱਧ ਪੀਣਾ ਤਾਂ ਜੀ ਦੁੱਧ ਪਿਲਾਓ ਜੀ ਇਹਨੂੰ ਅਤੇ ਇਸ ਸਥਾਨ 'ਤੇ ਜੀ ਜਿੱਦਾਂ ਬਾਪੂ ਜੀ ਨੇ ਦੱਸਿਆ ਹੀ ਆ ਕਿ 12 ਮਹੀਨੇ ਲੰਗਰ ਦੀ ਸੇਵਾ ਚੱਲਦੀ ਰਹਿੰਦੀ ਹੈ ਅਤੇ ਇਹ ਲੰਗਰ ਹਾਲ ਦੇ ਵਿੱਚ ਜਿਹੜੀਆਂ ਲੱਗੀਆਂ ਹੋਈਆਂ ਤਸਵੀਰਾਂ ਤੇ ਇਹ ਸੀਗੀ ਜੀ ਅੱਜ ਦੀ ਵੀਡੀਓ ਆਸ ਕਰਦੇ ਹਾਂ ਤੁਹਾਨੂੰ ਵੀਡੀਓ ਪਸੰਦ ਆਈ ਹੋਊਗੀ ਅਤੇ ਸਾਰਿਆਂ ਨੂੰ ਬੇਨਤੀ ਆ ਕਿ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਅਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੁਹਾਡਾ ਇੱਕ ਸ਼ੇਅਰ ਅਤੇ ਚੈਨਲ ਨੂੰ ਕੀਤਾ ਸਬਸਕ੍ਰਾਈਬ ਸਾਡੇ ਲਈ ਹੌਸਲਾ ਅਫਜਾਈ ਦਾ ਕੰਮ ਕਰੂਗਾ ਅਤੇ ਹੋਰ ਵੀ ਸ਼ਹੀਦ ਸਿੰਘਾਂ ਦੀਆਂ ਯਾਦਗਾਰਾਂ ਸ਼ਹੀਦ ਸਿੰਘਾਂ ਦੇ ਘਰਾਂ ਦੇ ਦਰਸ਼ਨ ਤੁਹਾਨੂੰ ਕਰਵਾਉਂਦੇ ਰਹਾਂਗੇ ਤਦ ਤੱਕ ਲਈ ਦਿਓ ਆਗਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਧੰਨਵਾਦ